सिंह प्रधानमंत्री इंटर्नशिप योजना पोर्टल आज ले खुली जाग जम्मू कश्मीर च नेशनल कॉन्फ्रेंस की अगुवाई गठबंधन ने उपाध्यक्ष उमर अब्दुल्ला हो सरकार बनाने का दा, दावा पेश की है ਮੌਸਮ ਪਰੇਚੇ ਅੱਜ ਵਿਯੇ ਦਸਮੀ ਯਾਨੀ ਦਸਹਰਾ ਦਾ ਤਿਯਾਰ ਮਨਾਇਆ ਜਾ ਕਰਦਾ ਹੈ ਮੌਸਮ ਵਿਭਾਗ ਨੇ ਅਗਲੇ 4 ਦਿਨ ਤੋੜੀ ਅਰਨਾਚਲ ਪ੍ਰਦੇਸ਼ ਕੇਰਲ ਤਮਿਲਨਾਡੂ ਗੁਜਰਾਤ ਪੁਡੂਚੇਰੀ ਕਰਾਈਕਲਾ ਮਹਾਰਾਸ਼ਟਰ ਤੇ ਦੱਖਣੀ ਕਰਨਾਟਕ ਚ ਪਾਰੀ ਬਰਖਾ ਪਉਣ ਦੀ ਸੰਭਾਵਨਾ ਦਸੀ ਹੈ BCCI ਨੇ ਨਿਊਜ਼ੀਲੈਂਡ ਖਿਲਾਫ ਤਰੇ ਟੈਸਟ ਮੈਚਿੰਗ ਦੇ ਸ਼ੁਰੂਆਤੀ ਤੇ 15 ਮੈਂਬਰੀ ਦਲ ਦੀ ਕੋਸ਼ਨਾ ਕਰ ਦਿੱਤੀ ਹੈ ਜਸਪ੍ਰੀਤ ਬੁਮਰਾ ਕੀ ਟੀਮ ਦਾ ਉਪ ਕਪਤਾਨ ਬਣਾਇਆ ਗਿਆ ਹੈ ਤੇ T20 ਕ੍ਰਿਕਟ ਚ ਅੱਜ ਹਦਰਾਬਾਦ ਭਾਰਤ ਤੇ ਬੰਗਲਾਦੇਸ਼ ਵਿਚਕਾਰ ਸ਼੍ਰੇਂਖਲਾ ਦਾ ਤ੍ਰਿਆ ਤੇ ਹੀਰੀ T20 ਮੈਚ ਖੇੜਿਆ ਜਾਗ 193 ਕੰਪਨੀਆਂ ਸਿਆਂ ਅਜੇ ਤੱਕ ਪ੍ਰਧਾਨ ਮੰਤਰੀ ਇੰਟਰਨਸ਼ਿਪ ਸਕੀਮ ਤਹਿਤ ਇੰਟਰਨਸ਼ਿਪ ਦੇ ਕਨਵੇਜ਼ ਹਰ ਮੌਕੇ ਮੌਹਿਆ ਕਰਵਾਇਨਾ ਸਰਕਾਰਿਆ ਹੈ ਇਸ ਮਹੀਨੇ ਦੇ ਤਰੀਕੇ ਕੇ ਪਾਇਲਟ ਪ੍ਰਯੋਜਨਾ ਤਤ ਇੰਟਰਨਸ਼ਿਪ ਪੋਰਟਲ ਸ਼ੁਰੂ ਕੀਤਾ ਗਿਆ ਹਾਂ ਤੇ ਉਹ ਅਜੇ ਸਵਾ ਪੰਜੀ ਕਰਨ ਲਈ ਖੁੱਲ੍ਹੇ ਦਿੱਤਾ ਗਿਆ ਹੈ ਇਹ ਦੇਖਨੇ 2024 2025 ਭਰੇਦਰਾਂ ਸਵਾ ਲਖ ਇੰਟਰਨਸ਼ਿਪ ਮੌਕੇ ਮੌਹਿਆ ਕਰਵਾਣੇ ਦਾ ਸਰਕਾਰੇ ਦਾ ਲਕਸ਼ ਹੈ ਇਹ ਆਨਲਾਈਨ ਪੋਰਟਲ ਪਾਰਟਨਰਸ਼ਿਪ mca.gov. इन लागू की जा इस परियोजना पर 800 सौ करोड़ रुपए की लागत हो इच्छुक मदवार अजे कोला लेये पंजी अक्तूबर तोरी इंटर्नशिप इस पोर्टल राय पंजीकरण करवाई ਨੈਸ਼ਨਲ ਕਾਨਫਰੰਸ ਦੀ ਅਗਵਾਈ ਵਾਲੇ ਗਠਬੰਧਨ ਨੇ ਜੰਮੂ ਕਸ਼ਮੀਰ ਚ ਸਰਕਾਰ ਬਣਾਉਣ ਦਾ ਦਾਵਾ ਪੇਸ਼ ਕੀਤਾ ਹੈ ਨੈਸ਼ਨਲ ਕਾਨਫਰੰਸ ਦੇ ਉਪਾਧਿਕਸ਼ ਉਮਰ ਅਬਦੁੱਲਾ ਹੋਰੇ ਕੱਲ ਸੰਜਾ ਸਰਨਗਰ ਰਾਜ ਭਵਨ ਚ ਉਪ ਰਾਜਪਾਲ ਮਨੋਜ ਸਿਨਾ ਹੋਰੇ ਨਾਲ ਮਿਲੇ ਤੇ ਆਪਣੇ ਪਿਆਲ ਸਮਰਥਕੇ ਕਾਂਗਰਸ ਆਮ ਆਦਮੀ ਪਾਰਟੀ ਸੀਪੀਆਈਐਮ ਤੇ ਕਿਸ਼ ਆਜ਼ਾਦ ਮੇਦਵਾਰਾਂ ਦੇ ਸਮਰਥਨ ਪੱਤਰਾਂ ਦੀ ਉਹਨੇ ਕੀ ਸੌਂਪਿਆ ਜੰਮੂ ਕਸ਼ਮੀਰ ਚ साल दे बख्वे प्रेंट 90 मेमोरी विधानसभा ਲਈ ਚੁਣਾਕ ਰਵਾਏਗੇ ਹੈ ਐਲਜੀਓ ਰੇਗੇ ਮਿਲਣ ਬਾਦ ਪਤਰਕਾਰੇ ਕਨੇ ਗਲਬਾਤ ਕਰਦੀ ਉਮਰ عبدਲੋਹ ਰੇ ਆਖਿਆ ਜੇ ਉਹਨੇ ਸਿਕਨ ਜਗਾਈ ਸਮਾਰੋਲੇ ਕੋਈ ਤਿਆਰ طے ਕਰਨ ਦੀ ਗੁਜ਼ਾਰਿਸ਼ ਕੀਤੀ ਹੈ ਵਿਜੇ ਦਸ਼ਮੀ ਯਾਨੀ ਦਸ਼ਹਿਰੇ ਦਾ ਤਿਆਰ ਅਜੂਰੇ ਮੁਲਕ ਚ ਬੜੀ ਧਾਰਮਿਕ ਸ਼ਰਧਾ ਭਾਵਨਾ ਕਨੇ ਮਨਾਇਆ ਜਾ ਕਰਦਾ ਹੈ यह त्यौहार भगवान राम रावण पर जित यानी अच्छाई बुराई पर जित के प्रतीक के तौर पर मनाया जान त्यौहार नवरात्रे दुर्गा पूजा समारोह के समापन के तौर पर भी मनाया जन्ष्ट्रपति द्रौपदी मुर्मू की विजयदशमी दबारख दियां नाष्ट्रपति हो ए त्यौहार न्याय की अन्याय पर प्रतीक है ਉਨੇ ਆਕਰ ਦੇ ਇਸ ਤਿਆਰ ਕਨੇ ਆਦਰਮਾਨ ਕਰਤਵਪਤੀ ਵਚਨਬਧਤਾ ਵਿਵਹਾਰ ਚ ਸ਼ੁੱਧਤਾ ਤੇ ਦਲੇਰੀ ਕਨੇ ਸੰਘਰਸ਼ ਕਰਨੇ ਜਨੇ ਪਹਿਲੂ ਜੁੜੇ ਦੇਨ ਉਨੇ ਮੇਧਬੁਜੀ ਜੇ ਵਿਸ਼ਵਾਸ ਤੇ ਜੋਸ਼ ਦਾ ਇਹ ਤਿਆਰ ਸਫਲਤਾ ਖੁਸ਼ਹਾਲੀ ਤੇ ਖੁਸ਼ੀਆਂ ਲਈ ਆਊਗਾ ਆਮਦਨ ਟੈਕਸ ਮੈਕਮੇ ਨੇ 2024 2000 ਪੰਜੀ ਵਾਲੇ ਮਾਲੀ ਬਾਰੇ ਲਈ ਅਜੇ ਤੋੜੀ 13 ਲੱਖ 59000 ਕਰੋੜ ਰੁਪਏ ਸਿੱਧੇ ਟੈਕਸ ਦੇ ਤੌਰ ਉਪਰ ਕਿਤੇ ਕਰ ਲਿਆ ਤੈਨ ਇਹਦੇ ਚ 7 ਲੱਖ ਕਰੋੜ ਰੁਪਏ ਆਮਦਨ ਟੈਕਸ ਤੇ 6 ਲੱਖ ਕਰੋੜ ਰੁਪਏ ਕਾਰਪੋਰੇਟ ਟੈਕਸ ਦੇ ਤੌਰ ਉਪਰ ਕਿਤੇ ਕੀਤੇ ਗਏ ਨਾ ਮਹਿਕਮੇ ਨੇ ਕੱਲ੍ਹ ਤੋੜੀ 231000 ਕਰੋੜ ਰੁਪਏ ਦਾ ਰਿਫੰਡ ਵੀ ਜਾਰੀ ਕੀਤਾ ਹੈ ਇਹ ਖਬਰਾਂ ਤੁਸੀਂ ਆਕਾਸ਼ਵਾਣੀ ਪਰਾ ਸੁਣਾ ਰਹੇ ਹੋ मौसम सबंधी महकमे ने अगले चौं दिन तोड़ी अरुणाचल प्रदेश केरल तमिलनाडु माहे पुडुचेरी करायेकला महाराष्ट्र गुजरात त दखनी कर्नाटक च भारी बरखा होने की संभावना जताई है मौसम महकमे ने अंडमान निकोबार टापू असम मेघालय प्रदेश, झारखंड बिहार ओडिशा, छत्तीसगढ़ पश्चिम बंगाल ਸ਼ਿਕਮਚ ਵੀ ਦਰਬਾਣੀ ਤਮਾ ਪਾਰੀ ਬਰਖਾ ਉਹਨੇ ਦੀ ਪੇਸ਼ੰਗੋਈ ਕੀਤੀ ਹੈ ਮੌਸਮ ਮਹਿਕਮੇ ਨੇ ਕੇਰਲ ਦੇ ਅਠੇ ਜ਼ਿਲ੍ਹੇ ਲਈ ਯੈਲੋ ਅਲਰਟ ਵਾਲੀ ਚੇਤਾਵਨੀ ਜਾਰੀ ਕੀਤੀ ਹੈ ਮਹਿਕਮੇ ਨੇ ਆਖਿਆ ਜੇ ਕੇਰਲ ਦੇ ਅਠੇ ਜ਼ਿਲ੍ਹੇ ਤੇ ਲਕਸ਼ਦੀਪ ਚ ਭਾਰੀ ਬਰਖਾ ਉਹਨੇ ਦੇ ਅਸਾਰਨ ਤਮਿਲਨਾਡੂ ਦੇ ਕਾ ਕ ਪਟਿ ਖਾਰ ਜੰਦੀ ਰਾਤੇ ਇੱਕ ਮੁਸਾਫਰ ਰੇਲ ਗੱਡੀ ਦੇ ਮਾਲ ਗੱਡੀ ਕਨੇ ਟੱਕਰ ਹੋਈ ਜਾਣੇ ਕਾਰਨ ਕਟੋਕੜ 16 ਜਨੇ ਕਾਲ ਹੋਈ ਗਏ ਟੱਕਰ ਬਗਰਾ ਰੇਲ ਗੱਡੀ 12 ਦੇ 13 ਡੱਬੇ ਪਟਰੀ ਸੋਂ ਉਤਰੀ ਗਏ ਕਾਲੇ ਗਏ ਨੇੜਵੇਂ ਹਸਪਤਾਲ ਚ ਦਾਖਲ ਕਰਾਇਆ ਗਿਆ ਹੈ ਇਹ ਟੱਕਰ ਉਸਲੇ ਜਲੇ ਮਸੂਰ ਦਰਬੰਗਾ ਬਾਗਮਤੀ ਐਕਸਪ੍ਰੈਸ ਰੇਲ ਗੱਡੀ ਪੁਨੇਰੀ ਦੇ ਕੋਲ ਖੜੋਤੇ ਦੀ ਮਾਲ ਗੱਡੀ ਕਨੇ ਜਾਈ ਬਜੀ ਮੁੱਖ ਮੰਤਰੀ ਐਮ ਕੇ ਸਟਾਲਿਨ ਹੋਰੇ ਐਲਕਾਰੇ ਕਿ ਕਾਇਲ ਦੇ ਇਲਾਜ ਅਰ ਸੰਭਵ ਮਦਦ ਦੇ ਨਿਰਦੇਸ਼ ਦਿੱਤਣ ਉਪ ਮੁੱਖ ਮੰਤਰੀ ਉਧੈਨੇ ਦੀ ਹੋਰੇ ਹਸਪਤਾਲ ਦਾ ਦੌਰਾ ਕੀਤਾ ਤੇ ਕਾਇਲ ਦੇ ਇਲਾਜ ਬਾਰੇ ਪੁੱਛ ਗਿਚ ਕੀਤੀ ਭਾਰਤ ਤੇ ਲਾਓ ਪੀ ਡੀ ਆਰ ਨੇ ਰੱਖਿਆ ਖੇਤਰ ਕਸਮ ਆਡੀਓ ਵਿਜਲ ਤੇ ਵਿਰਾਸਤੀ ਥਾਂ ਦੇ ਸੁਰੱਖਣ ਦੇ ਖੇਤਰ ਚ 6 ਸਮਝੋਤੇ ਕੀਤੇ ਨ ਪਾਰਤ ਨੇ ਲਾਉਜ ਹਾਦਸਾ ਸੁਰੱਖਿਆ ਦੀ ਸਥਿਤੀ ਦੀ ਬਿਹਤਰੀ ਲਈ 10 ਲੱਖ ਅਮਲਕੀ ਡਾਲਰ ਦੀ ਸਹਾਇਤਾ ਦੇਣ ਦਾ ਫੈਸਲਾ ਕੀਤਾ ਹੈ ਇਹ ਕਾਰਜਕ੍ਰਮ ਪਾਰਤ ਯੂਨ ਵਿਕਾਸ ਸਾਂਝੇਦਾਰੀ ਫੰਡ ਤਹਿਤ ਮੁਈਆ ਕਰਵਾਈ ਜਾਗ ਇਸ ਸਮਝੋ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉੰਦੇ ਹਮਰੋਤ ਬਾ ਸੋਨੇਕ ਸੀ ਸਿਫਨਡੋਂ ਉੰਦੀ ਮੌਜੂਦਗੀ ਚ ਕੀਤੇ ਗਏ बीसीसीआई ने 16 अक्तूबर को न्यूजीलैंड ने खेडे जाने टेस्ट मैच की श्रृंखला भारतीय टीम की घोषणा कर दी है बीसीसीआई ने कल जारी एक बयान च जे रोहित शर्मा टीम के कप्तान जसपीत बुमराह उप कप्तान होगन भारत न्यूजीलैंड पहला टेस्ट मैच इस महीने की सोलह तारीख की बेंगलुरू च जाग जिले के दुआ टेस्ट मैच मैच अक्टूबर अक्तूबर पुणे च जाग श्रृंखला का त्रिया खीरी टेस्ट मैच पहली नवंबर की मुंबई के वानखेड़े स्टेडियम च खेड जाग मौजूदा विश्व टेस्ट प्रतियोगिता च भारत एले पहले न्यूजीलैंड छम्बर पर है भारत बंगलाष बार T20 ক্রিকেট ম্যাচ دی श्रृंखला ਦਾ ਤ੍ਰਿਆ ਤੇ ਹੀ ਮੁਕਾਬਲਾ ਅੱਜ ਸੰਜਾ హైదਰਾਬਾਦ ਚ ਹੋਗ ਮੈਚ ਸੰਜਾ 7 ਵਜੇ ਸ਼ੁਰੂ ਹੋਗ ਹੁਆਂ ਪਹਿਲੇ 2 ਮੈਚ ਜਿੱਤੇ ਪਰ ਸ਼੍ਰੇਂਖਲਾ ਪਹਿਲੇ ਕੇ ਆਪਣੇ ਨਾਂ ਕਰੀ ਚੁਕੇ ਦਾ ਹੈ ਪਰ ਫੀ ਵੀ ਤ੍ਰਾ ਸ਼ੁਨ ਦੀ ਜਿੱਤ ਦਰਜ ਕਰਨੇ ਲਈ ਉਹ ਆਪਣੇ ਪਾਸੇ ਮੈਚ ਜਿੱਤਨੇ ਦੀ ਪੂਰੀ ਕੋਸ਼ਿਸ਼ ਕਰੇਗਾ ਗਵਾਲੀਅਰ ਚ ਖੇਡੇਗੇ ਦੇ ਮੈਚ ਭਾਰਤ ਨੇ ਸੱਤ ਵਿਕਟੀਆਂ ਕਨੇ ਜਿੱਤੇ ਹਾ ਜੱਲੇ ਕੇ ਦਲੇਚ ਖੇਡਿਆਗੇ ਦਾ ਦੂਆ ਮੈਚ ਭਾਰਤ ਨੇ ਨਾਸਿਏ ਰੰਨੇ ਕਨੇ ਜਿੱਤੇ ਹਾ ਮੁਖ ਖਬਰਾਂ ਇੱਕ ਵਾਰੀ ਪੜਤੀਏ ਪ੍ਰਧਾਨ ਮੰਤਰੀ ਇੰਟਰਨਰਸ਼ਿਪ ਯੋਜਨਾ ਪੋਰਟਲ ਅੱਜ ਪੰਜੀਕਰਨ ਲਈ ਖੁੱਲੀ ਗਿਆਏ ਜੰਮੂ ਕਸ਼ਮੀਰ ਚ ਨੇਸ਼ਨ ਕਾਨਫਰੈਂਸ ਦੀ ਅਗਵਾਈ ਵਾਲੇ ਗਠਬੰਧਨ ਨੇ उपाध्यक्ष उमर अब्दुल्ला सरकार बनाने का दा दावा पेश है मुल्ख भर च विजयदशमी यानी दशहरे का त्यौहार मनाया जा कर है मौसम मैकमे ने अगले चौं दिन तोरी अरुणाचल प्रदेश केरल माहे तमिलनाडु गुजरात पुडुचेरी करायकला महाराष्ट्र ਦਗਨੀ ਕਰਨਾਟਕਾ ਚ ਪਾਰੀ ਬਰਖਾ ਪੋਨੇ ਦੀ ਸੰਭਾਵਨਾ ਦਸੀ ਹੈ ਬੀਸੀਸੀਆਈ ਨੇ ਨਿਊਜ਼ੀਲੈਂਡ ਖਿਲਾਫ ਤਰੇ ਟੈਸਟ ਮੈਚੇ ਦੀ ਸ਼੍ਰੇਂਖਲਾਗੇ ਤੇ 15 ਮੈਂਬਰੀ ਧਲਦੀ ਕੋਸ਼ਨਾ ਕਰ ਦਿੱਤੀ ਹੈ ਜਸਪ੍ਰਿਤ ਬੂਮਰਾ ਕੀ ਟੀਮ ਦਾ ਉਪ ਕਪਤਾਨ ਬਣਾਇਆ ਗਿਆ ਹੈ ਤੇ T20 ਕ੍ਰਿਕਟ ਚ ਅੱਜ ਹਦਰਾਬਾਦ ਭਾਰਤ ਬੰਗਲਾ ਦੇਸ਼ ਪਸ਼ਕਾਰ ਸ਼੍ਰੇਂਖਲਾ ਦਾ ਤ੍ਰੀਆ ਤੇ ਖੀਰੀ ਟੈਸਟ ਮੈਚ ਖੇਡਿਆ ਜਾਗ ਖਬਰਾਂ ਦੇ ਬੁਲੇਟਿਨ ਚ ਬਸ ਇਨਾ ਗਏ